ਬਲਜੀਤ ਦੀ ਕਹਾਣੀ ਹੈ ਘਰਾਂ ਚੋਂ ਘਰ ਬਾਕੀ ਦਾ ਹਿੱਸਾ ਮਹਿੰਦਰ ਉਹ ਮਹਿੰਦਰ ਜੀਜਾ ਜੀ ਮੈਨੂੰ ਅੰਦਰ ਆਉਣ ਲਈ ਹੱਥ ਮਾਰ ਰਹੇ ਸੀ ਤੇ ਮੇਰਾ ਹੱਥ ਫੜ ਕੇ ਮੈਨੂੰ ਧੂਕ ਕੇ ਇੱਕ ਕਮਰੇ ਚ ਲੈ ਗਏ ਜਿੱਥੇ ਵੱਡੇ ਮੇਜ਼ ਪਿੱਛੇ ਘੁੰਮਦੀ ਕੁਰਸੀ ਉੱਤੇ ਬੈਠੇ ਅਫਸਰ ਨੇ ਮੇਰੇ ਵੱਲ ਦੇਖਿਆ ਇਹ ਅਫਸਰ ਮਹਿੰਦਰ ਸਿੰਘ ਮੈਂ ਅਫਸਰ ਦੀ ਪਿੱਠ ਪਿੱਛੇ ਕੰਦ ਉੱਤੇ ਲਟਕਦੀਆਂ ਹੱਸਦੀ ਗਾਂਧੀ ਤੇ ਚੁੱਪ ਅੰਬੇਦਕਰ ਦੀਆਂ ਫੋਟੋਆਂ ਦੇਖਣ ਲੱਗਾ ਗੁੰਦ ਸੁੱਕੀ ਨਹੀਂ ਤੇ ਉਪਰੋਂ ਗਿੱਲੀ ਫੋਟੋ ਲਾਤੀ ਅਫਸਰ ਨੇ ਫਾਰਮ ਤੇ ਚਿਪਕੀ ਮੇਰੀ ਫੋਟੋ ਉੱਤੇ ਜ਼ਰੂਰ ਜਦੋਂ ਜ਼ੋਰ ਨਾਲ ਪੈਨ ਕਸਾ ਕੇ ਦਸਖਤ ਕੀਤੇ ਤਾਂ ਫਾਰਮ ਉੱਤੇ ਫੋਟੋ ਥੋੜੀ ਜੀ ਅੱਗੇ ਖਿਸਕ ਗਈ ਬੜੀ ਕਿਰਪਾ ਕੀਤੀ ਸਰ ਸਾਈਕਲ ਫੇਰ ਪਛਾਣ ਨੂੰ ਮੁੜ ਪਿਆ ਪਤਾ ਨਹੀਂ ਹੁਣ ਕੀ ਹੋਣਾ ਸੀ ਕਿੱਧਰ ਜਾਣਾ ਸੀ ਮੈਂ ਪਿੱਛੇ ਬੈਠੇ ਬੈਠੇ ਅਗਲੇ ਚੱਕੇ ਤੇ ਨਿਗਾਹ ਮਾਰੀ ਤਾਂ ਤਤ ਪੁੱਛ ਘੁੰਮਦੀਆਂ ਤਾਰਾਂ ਨੇ ਮੇਰਾ ਸਿਰ ਘੁਮਾਤਾ ਹਿਲਣਾ ਮੈਂ ਅੱਖਾਂ ਬੰਦ ਕਰ ਲਈਆਂ ਅੱਖਾਂ ਮੈਂ ਬੰਦ ਹੀ ਕਰੀ ਰੱਖੀਆਂ ਇਹੀ ਮੈਨੂੰ ਚੰਗਾ ਲੱਗਦਾ ਸੀ ਕਈ ਝਟਕੇ ਵੱਜੇ ਮੈਂ ਸਾਈਕਲ ਨੂੰ ਘੁੱਟ ਕੇ ਫੜ ਰੱਖਿਆ ਸਾਈਕਲ ਨਾਲ ਕੋਈ ਲੜ ਰਿਹਾ ਸੀ ਮਾਰ ਛਾਲ ਮੈਂ ਅੱਖਾਂ ਖੋਲੀਆਂ ਤਾਂ ਉਹੀ ਬਸਤੀ ਸ਼ੇਖਾਂ ਵਾਲਾ ਸਕੂਲ ਸੀ ਛੇਤੀ ਕਰੋ ਮੈਂ ਬੰਦੇ ਨੂੰ ਬੈਂਕ ਭੇਜਣਾ ਤੁਹਾਡੀ ਵੇਟ ਕਰ ਰਹੀਆਂ ਸਰ ਤੋਂ ਪ੍ਰਿੰਸੀਪਲ ਸਾਹਿਬ ਨੇ ਐਨਕਾਂ ਲਾ ਕੇ ਪੜਦੇ-ਪੜਦੇ ਜਿਹੜੇ ਕਾਗਜ਼ ਥਲ ਰਹੇ ਸੀ ਉਹਨਾਂ ਉੱਤੇ ਕਿੰਨੀਆਂ ਹੀ ਜਮਣੀ ਰੰਗ ਦੀਆਂ ਮੋਹਰਾਂ ਉੱਤੇ ਹਰੇ ਰੰਗ ਦੀ ਸਿਆਹੀ ਨਾਲ ਦਸਖਤ ਕੀਤੇ ਸੀ ਫਿਰ ਉਹਨਾਂ ਨੇ ਸਾਰੇ ਕਾਗਜ਼ ਬੰਨੇ ਬਣਾਏ ਜੀਜਾ ਜੀ ਵੱਲ ਨੂੰ ਮੇਜ਼ ਤੇ ਵਗਾ ਦਿੱਤੇ ਮੇਰੀ ਮਿੱਟੀ ਬਣ ਗਈ ਤੁਸੀਂ ਆਪਣੇ ਦਸਖਤ ਤਾਂ ਕਰੋ ਕਾਕੇ ਤੂੰ ਵੀ ਕਰ ਪ੍ਰਿੰਸੀਪਲ ਸਾਹਿਬ ਨੇ ਸਭ ਤੋਂ ਉੱਪਰਲੇ ਫਾਰਮ ਤੇ ਬਿਲਕੁਲ ੇਠਾਂ ਸੱਜੇ ਪਾਸੇ ਲੀਕਵਾ ਕੇ ਦਸਖਤ ਕਰਤੇ ਯੂ ਆਰ ਵੈਲਕਮ ਬੜੀ ਹਿੰਮਤ ਕੀਤੀ ਬੜੀ ਕਿਰਪਾ ਹੋ ਗਈ ਸਰ ਜੀਜਾ ਜੀ ਕਾਗਜ਼ ਚੁੱਕ ਕੇ ਮੁਰ ਮੈਡਮ ਦੇ ਕਮਰੇ 'ਚ ਆ ਗਏ ਮੈਂ ਮਗਰੇ ਮਗਰ ਮੇਰੇ ਫਾਰਮਾਂ 'ਚੋਂ ਦੇਖ-ਦੇਖ ਕੇ ਮੈਡਮ ਆਪਣੀ ਲੰਬੀ ਜੀ ਕਾਪੀ 'ਚ ਲਿਖਣ ਲੱਗ ਪਈ ਇਕ ਆਦੇ ਤੇ ਆਇਆ ਕਰੇਗਾ ਮੈਂ ਇਹਨੂੰ ਮੋਪੇਡ ਲੈ ਦੇਵਾਂਗਾ ਮਤਲਬ ਹੁਣ ਮੈਂ ਤਾਂ ਪੁੱਛ ਰਹੀ ਆ ਵੀ ਰਸੀਦ ਚ ਸਾਈਕਲ ਸਟੈਂਡ ਦੇ ਚਾਰजेस ਭਰਨੇ ਆ ਸਾਈਕਲ ਸਾਈਕਲ ਤੇ ਆਏਗਾ ਰਸੀਦ ਉੱਤੇ ਲਿਖੇ ਪੈਸੇ ਉਹਨਾਂ ਨੇ ਪਹਿਲਾਂ ਹੀ ਪੜ ਲਏ ਉਹਨਾਂ ਨੇ ਝੱਟ ਬਟੂਆ ਕੱਢ ਲਿਆ ਜੇਬ ਚ ਪਾ ਪਾ ਕੇ ਕੱਢ ਕੱਢ ਕੇ ਉਹਨਾਂ ਦਾ ਬਟੂਆ ਪਾਲਿਸ਼ ਕੀਤੀ ਪੁਰਾਣੀ ਜੁੱਤੀ ਵਾਂਗ ਲਿਸ਼ਕਿਆ ਪਿਆ ਸੀ ਉਹਨਾਂ ਨੂੰ ਰਸੀਦ ਫੜਨ ਦੀ ਬੜੀ ਕਾਲ ਸੀ ਮੈਡਮ ਨੇ ਰਸੀਦ ਫਾੜੀ ਨਹੀਂ ਕਿ ਜੀਜਾ ਜੀ ਨੇ ਮੈਡਮ ਦੇ ਹੱਥੋਂ ਹੀ ਖਿੱਚ ਕੇ ਦੂਰੀ ਤਿਰੀ ਕਰਕੇ ਬਟੂਏ ਵਿੱਚ ਕੋਸਤੀ। ਕੁਦਰ ਪਏ ਮੈਡਮ ਨੇ ਵਾਪਸ ਕੀਤੇ ਉਹ ਵੀ फटाफट ਬਟੂਏ ਵਿੱਚ ਤਨ ਕੇ ਬਟੂਆ ਪੈਂਟ ਦੀ ਪਿਛਲੀ ਜੇਬ ਚ ਵਾਰਤਾ। ਬਸ ਹੋ ਗਿਆ ਜੀ ਕੰਮ। ਜੀਜਾ ਜੀ ਦੀ ਆਵਾਜ਼ ਭਾਰੀ ਹੋ ਗਈ ਸੀ। ਹਾਂ ਜੀ। ਉਮੀਦ ਨਹੀਂ ਸੀ ਲੱਕੀ। ਕੱਲ ਲਾਸਟ ਸੀ। ਕਿਸੇ ਨੇ ਲੰਮਾ ਸਾਹ ਲੈ ਕੇ ਛੱਡ ਦਿੱਤਾ ਸੀ ਅਸੀਂ ਬਾਹਰ ਆ ਕੇ ਸਕੂਲ ਦੀ ਟੂਟੀ ਤੋਂ ਰੱਜ ਕੇ ਪਾਣੀ ਪੀਤਾ। ਲੈ ਬਣ ਗਿਆ ਤੇਰਾ ਕੰਮ। ਕਿਤਾਬਾਂ ਕਾਪੀਆਂ ਲੈ ਲੈ। ਮੈਂ ਤਾਂ ਸਵੇਰੇ ਡਿਊਟੀ ਜਾਊਂਗਾ ਤੁਸੀਂ ਦੋਹੇ ਜਣੇ ਵਰਦੀ-ਵਰਦੀ ਖਰੀਦ ਲਿਓ ਪਰ ਪੜ੍ਹਾਈ ਪਰ ਵਿੜ ਜਾ ਉਹਨਾਂ ਦੀ ਆਵਾਜ਼ ਅਜੇ ਵੀ ਭਾਰੀ ਸੀ ਬਸ ਇੱਕ ਦਿਨ ਹੀ ਜੀਜਾ ਜੀ ਮੇਰੇ ਨਾਲ ਸਕੂਲ ਗਏ ਸੀ ਸਿਰਫ ਇੱਕ ਦਿਨ ਅੱਜ ਹੋਰ ਕੱਲ ਹੋਰ ਮੈਂ ਵਿੜ ਗਿਆ ਤੇ ਅਗਲੇ ਮਹੀਨੇ ਮੈਂ ਸਕੂਲ 'ਚ ਹਰ ਪੱਖੋਂ ਬਾਕੀ ਬੱਚਿਆਂ ਦੇ ਬਰਾਬਰ ਹੋ ਗਿਆ ਅਗਲੇ ਸਾਲ ਮੈਂ ਪਲੱਸ 2 'ਚ ਹੋ ਗਿਆ ਸਕੂਲ ਦਾ ਸਾਰਾ ਸ਼ਹਿਰ ਲੰਘ ਕੇ ਦੂਰ ਸੀ ਪਰ ਕਾਲਜ ਬਿਲਕੁਲ ਨੇੜੇ ਸੀ ਅੰਗਰੇਜ਼ਾਂ ਦੇ ਜ਼ਮਾਨੇ ਦਾ ਬੜਿਆਂ ਕਾਲਜ ਹੌਸਟਲ ਤੇ ਗਰਾਊਂਡ ਵੇਖਦੇ ਨਿਗਾਹ ਥੱਕ ਜਾਂਦੀ। ਕਾਲਜ ਦੇ ਫਾਰਮ ਮੈਂ ਆਪੇ ਕੰਪਲੀਟ ਕਰ ਲਈ ਸੀ। ਜੀਜਾ ਜੀ ਤੋਂ ਬਸ ਦਸਖਤ ਹੀ ਕਰਾਈ ਸੀ। ਭੈਣ ਤੋਂ ਪੈਸੇ ਲੈ ਕੇ ਮੈਂ ਆਪੇ ਸਾਰਾ ਕੁਝ ਕਰ ਲਿਆ ਸੀ। ਆਪੇ ਸਭ ਕੁਝ ਵਧੀਆ ਤੁਰ ਗਿਆ। ਵਿੱਚ ਵਿੱਚ ਮੈਂ ਮਾਂ ਕੋਲ ਪਿੰਡ ਵੀ ਘੇੜਾ ਮਾਰ ਆਉਂਦਾ। ਛੋਟੀ ਕੁੜੀ ਨੂੰ ਸਿਆਣਿਆਂ ਵਾਂਗ ਪੜੀ ਜਾਣ ਲਈ ਕਹਿਆ ਹੁੰਦਾ। ਬਸ ਇੱਕ ਵਾਰ ਥੋੜਾ ਕਮਸਾਣ ਜਿਹਾ ਪਿਆ। ਜਦੋਂ ਭੈਣ ਦੀ ਲੜਕੀ ਹੋਈ ਸੀ। ਤਮੇ 3 ਦਿਨ ਕਾਲਜ ਨਹੀਂ ਜਾ ਸਕਿਆ ਫਿਰ ਜਦੋਂ ਭੈਣ ਦੇ ਮੁੰਡਾ ਹੋਇਆ ਤਾਂ ਜਸਵੀਰ ਨੇ 10ਵੀਂ ਦੇ ਪੇਪਰ ਦਿੱਤੇ ਹੋਏ ਸੀ ਉਹ ماں ਸਮੇਤ ਜਨੇਪਾ ਘਟਾਉਣ ਆ ਗਈ ਸੀ ਮੇਰੇ ਬੀਏ ਫਾਈਨਲ ਦੇ ਪੇਪਰ ਜੀ ਹੋਣੇ ਸੀ ਹਾਂ ਜਗ੍ਹਾ ਦੀ ਤੰਗੀ ਮਹਿਸੂਸ ਹੋਈ ਸੀ ਕਿਰਾਏ ਦਾ ਛੋਟਾ ਜਿਹਾ ਮਕਾਨ ਜਿਵੇਂ ਇੱਕ ਕਮਰੇ ਦੇ 2 ਬਣਾਏ ਹੋਣ ਮੈਨੂੰ ਪਹਿਲੀ ਵਾਰ ਹੋਰ ਵੀ ਛੋਟਾ ਲੱਗਿਆ ਛੋਟੀ ਜੀ ਰਸੋਈ ਮਾੜਾ ਜਿਹਾ ਬਾਥਰੂਮ ਟਾਇਲਟ ਵੀ ਉਹਦੇ ਅੰਦਰ ਹੀ ਸੀ ਔਖੇ ਸੋਕੇ ਮਹੀਨਾ ਕੱਢਿਆ ਇੱਕਦ ਦਿਨ ਨੌਣ ਤੋਂ ਰਹਿ ਗਿਆ ਜਾਂ ਲੇਟ ਹੋ ਗਿਆ ਬਸ ਭੈਣ ਦੇ ਛੋਟੇ ਮੁੰਡੇ ਨੂੰ ਅਸੀਂ ਭਾਗਾ ਵਾਲਾ ਕਹਿੰਦੇ ਉਹਦੇ ਜਨਮ ਤੋਂ ਬਾਅਦ ਮੇਰੀ ਬੀਏ ਹਾਈ ਸੈਕੰਡ ਡਿਵੀਜ਼ਨ ਚ ਕਲੀਅਰ ਹੋ ਗਈ ਜੀਜਾਈ ਦੀ ਤਰੱਕੀ ਹੋ ਗਈ ਉਹ ਕਲਰਕ ਬਣ ਗਏ ਤਨਖਾਹ ਥੋੜੀ ਵਧੀ ਤੇ ਕਲਾਸ 4 ਦੀ ਵਰਦੀ ਮਿਲਣੀ ਬੰਦ ਹੋ ਗਈ ਮੈਂ ਸ਼ੁਕਰ ਕੀਤਾ ਮੈਨੂੰ ਉਹਨਾਂ ਦੀ ਖਾਕੀ ਵਰਦੀ ਤੋਂ ਸ਼ਰਮ ਜੀ ਆਇਆ ਕਰਦੀ ਸੀ ਰੋਜ਼ਗਾਰ ਦੇਣ ਵਾਲੀਆਂ ਸਾਰੀਆਂ ਸਰਕਾਰੀ ਏਜੰਸੀਆਂ 'ਚ ਮੈਂ ਆਪਣਾ ਨਾਮ ਦਰਜ ਕਰਾਤਾ। ਜੇ ਕਿਤੇ ਨੌਕਰੀ ਲਈ ਅਪਲਾਈ ਕਰਨਾ ਹੁੰਦਾ ਤਾਂ ਮੈਨੂੰ ਅਪਲਾਈ ਕਰਨ ਲਈ ਥੱਬਾ ਕਾਗਜ਼ ਟੈਸਟ ਕਰਾਉਣੇ ਪੈਂਦੇ। ਹਫ਼ਤਾ ਲੱਗਦਾ। ਚਿੱਠੀਆਂ ਉਸੇ ਛੋਟੇ ਜਿਹੇ ਘਰ ਦੇ ਪਤੇ ਤੇ ਆਉਂਦੀਆਂ। ਇੰਟਰਵਿਊ ਆ ਦਿੰਦਾ ਤੇ ਫਿਰ ਬਸ। ਉਸ ਅਫਸਰ ਦਾ ਨਾਮ ਮੈਨੂੰ ਕਬਰ ਤੱਕ ਨਹੀਂ ਭੁੱਲਣਾ ਸੁਚਾਰਾਮ ਬੰਗੜ। ਮੈਨੂੰ ਸਰਕਾਰ ਦੇ ਵੈਲਫੇਅਰ ਵਿਭਾਗ ਵੱਲੋਂ ਪੁੱਛਿਆ ਗਿਆ ਕਿ ਮੈਂ ਜੇ ਅਜੇ ਤੱਕ ਵੀ ਬੇਰੁਜ਼ਗਾਰ ਹਾਂ ਤਾਂ ਮੈਂ ਮੋਟੀ ਸਾਰੀ ਹਾਂ ਲਿਖ ਕੇ ਭੇਜੀ ਤੇ ਮੈਨੂੰ ਐਵੇਂ ਹੀ ਪਾਸ ਬੇਰੁਜ਼ਗਾਰਾਂ ਦੀ ਸੂਚੀ 'ਚ ਸ਼ਾਮਲ ਕਰ ਲਿਆ ਗਿਆ ਮੈਨੂੰ 6 ਮਹੀਨੇ ਬਾਅਦ ਉਦਯੋਗ ਵਿਭਾਗ ਵੱਲੋਂ ਇੰਟਰਵਿਊ ਲਈ ਬੁਲਾਇਆ ਗਿਆ ਗੋਡਾਊਨ ਸੁਪਰਵਾਈਜ਼ਰ ਦੀਆਂ ਦੋ ਪੋਸਟਾਂ ਸੀ ਇੱਕ ਜਨਰਲ ਇੱਕ ਰਿਜ਼ਰਵ ਮੈਂ ਦੌੜ ਭੱਜ ਕੀਤੀ ਇੱਕ ਮਹਾਂਪੁਰਖ ਨੇ ਮੈਨੂੰ ਬੰਗੜ ਨਾਲ ਗੱਲਬਾਤ ਕਰਨ ਦਾ ਢੰਗ ਵੀ ਦੱਸਤਾ ਤੇ ਤੇ ਜੀਜਾ ਜੀ ਨੇ ਇੰਟਰਵਿਊ ਵਾਲੇ ਦਿਨ ਹੀ ਪਤਾ ਨਹੀਂ ਕਿਵੇਂ ਪਤਾ ਕਰ ਲਿਆ ਸੀ ਕਿ ਮਲੇਰ ਕੋਟਲੇ ਦੇ ਕਿਸੇ ਮਹਿੰਦਰ ਸਿੰਘ ਨੂੰ ਸਿਲੈਕਟ ਕੀਤਾ ਗਿਆ ਫੋਕੀਜੀ ਟ੍ਰੇਨਿੰਗ ਲੈਂਡ ਤੋਂ ਬਾਅਦ ਮੈਂ ਸਰਕਾਰੀ ਲੋਹੇ ਦੇ ਗੋਡਾਊਨ ਦਾ ਇੰਚਾਰਜ ਲੱਗ ਗਿਆ। ਮੈਂ ਰੋਜ਼ ਪਿੰਡੋਂ ਮਾਂ ਕੋਲੋਂ ਹੀ ਦਫ਼ਤਰ ਆਉਂਦਾ ਜਾਂਦਾ। ਬਸਤੇ 35 ਮੀਲ ਦਾ ਸਫ਼ਰ ਸੀ। ਲੋਹਾ ਲੱਗ-ਲੱਗ ਕਿਸਮਾਂ ਦਾ। ਟਰੱਕਾਂ ਚ ਆਉਂਦਾ ਮਹੀਨੇ 'ਚ ਦੋ ਵਾਰੀ ਦੇਗ ਦੀ ਰੇਲ ਗੱਡੀ, ਬੁਖਾਰੋ ਤੋਂ ਸਿੱਧੀ ਆਉਂਦੀ ਤਾਂ ਰੇਲ ਗੱਡੀ ਪੁੱਜਣ ਤੋਂ ਪਹਿਲਾਂ ਹੀ ਲੁਧਿਆਣੇ ਤੋਂ ਫੀਲਡ ਅਫਸਰ ਦੇ ਹੈੱਡ ਆਫਿਸ ਤੋਂ ਅਧਿਕਾਰੀ ਰਾਤ ਨੂੰ ਕਿਸੇ ਹੋਟਲ 'ਚ ਪੁੱਜ ਕੇ ਮੈਨੂੰ ਬੁਲਾ ਲੈਂਦੇ, दारू ਪਿੰਦੇ, ਮੀਟ ਖਾਂਦੇ। ਦੂਜੇ ਦਿਨ ਗੱਡੀ ਤੋਂ ਮਾਲ ਲੁਹਾਉਣ ਵਾਲੇ ਠੇਕੇਦਾਰ ਨਾਲ ਰੇਲਵੇ ਸਟੇਸ਼ਨ ਤੇ ਚਲੇ ਜਾਂਦੇ। ਮੈਨੂੰ ਨਾਲ ਲੈ ਜਾਂਦੇ। ਮੇਰੇ ਵੱਲ ਵੇਖ ਕੇ ਹੱਸ ਕੇ ਰੇਲਵੇ ਦੇ ਅਧਿਕਾਰੀਆਂ ਨਾਲ ਗੱਲਾਂ ਕਰੀ ਜਾਂਦੇ ਤੇ ਫਿਰ ਹੋਟਲ ਦਾ ਬਿੱਲ ਦੇ ਬਗੈਰੀ ਚਲੇ ਜਾਂਦੇ। ਜਦੋਂ ਹੋਟਲ ਵਾਲੇ ਦੇ ਬਿੱਲ ਦਾ ਮੈਨੂੰ ਫੋਨ ਆਉਂਦਾ ਤਾਂ ਠੇਕੇਦਾਰ ਮੈਨੂੰ ਕਹਿੰਦਾ ਫਿਕਰ ਨਾ ਕਰੋ। ਤੇ ਫਿਰ ਕਦੇ ਮੈਨੂੰ ਹੋਟਲ ਵਾਲੇ ਦਾ ਫੋਨ ਨਹੀਂ ਆਇਆ। ਨਾ ਰੇਲਵੇ ਵਾਲਿਆਂ ਦਾ, ਨਾ ਕਿਸੇ ਹੋਰ ਦਾ। ਠੇਕੇਦਾਰ ਸ਼ਰਾਬ ਦੀ ਪੇਟੀ ਮੁੱਕੜ ਨਹੀਂ ਸੀ ਦਿੰਦਾ ਅਸੀਂ ਸਾਰੇ ਮਿਲ ਕੇ ਲਿਖ ਦਿੰਦੇ ਸੀ ਕਿ ਮਾਲ ਰੇਲ ਗੱਡੀ ਚੋਂ ਰਾਹ ਚ ਚੋਰੀ ਹੋ ਕੇ ਘਟ ਪੁੱਜਿਆ ਜਿੰਨੀਆਂ ਰੇਲ ਗੱਡੀਆਂ ਆਉਂਦੀਆਂ ਉਨੀਆਂ ਹੀ ਫਾਈਲਾਂ ਬਣ ਕੇ ਦਫ਼ਤਰਾਂ ਚ ਘੁੰਮਦੀਆਂ ਰਹਿੰਦੀਆਂ ਕੁਝ ਫਾਈਲਾਂ ਉਹਨਾਂ ਰੇਲਾਂ ਦੇ ਮਗਰ ਹੌਲੀ ਹੌਲੀ ਤੁਰਦੀਆਂ ਮੇਰੇ ਤੱਕ ਪੁੱਜੀਆਂ ਜੋ ਮੇਰੇ ਤੋਂ ਸਾਲਾਂ ਪਹਿਲਾਂ ਮਾਲ ਸੁੱਟ ਕੇ ਤੇਜ਼ ਤੇ ਦੌੜ ਗਈਆਂ ਸੀ ਜਿਨ੍ਹਾਂ ਦੇ ਫੀਲਡ ਅਫਸਰ ਰਿਟਾਇਰ ਹੋ ਕੇ ਮਰ ਗਏ ਸਨ ਜਾਂ ਕੋ ਡਾਊਨ ਸੁਪਰਵਾਈਜ਼ਰ ਬਦਲ ਗਏ ਸਨ ਪਰ ਮੂਡ ਹੋ ਗਏ ਸਨ ਜਾਂ ਜਾਂ ਮੈਂ ਆਪਣਾ ਪੁਰਾਣਾ ਘਰ ਢਾ ਕੇ ਨਵਾਂ ਬਣਾ ਲਿਆ ਹੀਰੋ Honda ਲੈ ਲਿਆ ਹੁਣ ਮੈਂ ਹੋਰਾਂ ਨੂੰ ਸੁਖਾਉਣ ਲੱਗ ਪਿਆ ਸਾਂ ਆਪਣੇ ਜਵਾਨ ਹੋਣ ਦਾ ਖਿਆਲ ਆਇਆ ਤਾਂ ਮੈਂ ਜੀਨਾਂ ਤੇ ਟੀ-ਸ਼ਰਟਾਂ ਪਾਉਣ ਲੱਗ ਪਿਆ ਵਿੰਡਚੀਟਰ ਜੈਕਟਾਂ ਅੱਖ ਮਟੱਕਾ ਜਦੋਂ ਮੇਰੀਆਂ ਅੱਖਾਂ ਜਵਾਨ ਕੁੜੀਆਂ ਦੇ ਕੱਪੜੇ ਪਾਰ ਕਰਕੇ ਉਹਨਾਂ ਦੇ ਜਿਸਮ ਤੇ ਪੁੱਜ ਜਾਂਦੀਆਂ ਤਾਂ ਮੇਰੀ ਸੁਰਤ ਝੱਟ ਮੇਰੀ ਛੋਟੀ ਭੈਣ ਵੱਲ ਚਲੀ ਜਾਂਦੀ ਇੱਕ ਬੋਝਿਆ ਮਨ ਉਤੇ ਤੈਰਨ ਲੱਗਦਾ ਕੋਈ ਉਸ ਨਾਲ ਵੀ ਤਾਂ ਜੱਸੀ ਨਾਲ ਵੀ ਤਾਂ ਪਰ ਇਹ ਖਿਆਲ ਮੈਂ ਝਾਟੀ ਮਨ ਚ ਛਿੜਕ ਦਿੰਦਾ ਮਾਂ ਕੋਈ ਦਿਨ ਲੰਘਣ ਦਿੰਦੀ ਜਿਸਨ ਜੱਸੀ ਦੇ ਵਿਆਹ ਦੀ ਗੱਲ ਨਾ ਕਰਦੀ ਜਦੋਂ ਸਾਨੂੰ ਕਿਸੇ ਦੇ ਵਿਆਹ ਦਾ ਕਾਰਡ ਆ ਜਾਂਦਾ ਤਾਂ ਔਕੇ ਲੈਣ ਲੱਗ ਪੈਂਦੀ ਤੇ ਵਿਆਹਾਂ ਦੇ ਕਾਰਡ ਤਾਂ ਹੁਣ ਤੁਰੇ ਹੀ ਰਹਿੰਦੇ ਸੀ ਵਿਧਵਾ ਵਰਗੀ ਮਾਂ ਬੁਰਛੇ ਵਰਗੀ ਜਵਾਨ ਭੈਣ ਮੈਂ ਸੋਚੀ ਜਾਂਦਾ ਬਾਪ ਤਾਂ ਸਮਝੋ ਮਰਿਆਂ ਤੋਂ ਵੀ ਪਰੇ ਸੀ ਚਲੋ ਫੇਰ ਵੀ ਸਭ ਕੁਝ ਟਿਕਾਣੇ ਹੋ ਗਿਆ ਸੀ ਵੱਡੀ ਭੈਣ ਆਪਣੇ ਘਰ ਸੀ ਦੋਵੇਂ ਬੱਚੇ ਪੜਦੇ ਸੀ ਮੇਰੀ ਨੌਕਰੀ ਨੂੰ ਦੇਖ ਰਿਸ਼ਤੇ ਆਉਂਦੇ ਸੀ ਪਰ ਜੱਸੀ ਪਹਿਲਾਂ ਜੱਸੀ ਨੂੰ ਕੋਈ ਵਧੀਆ ਜਿਹਾ ਨਾਤਾ ਹੋ ਜਾਏ ਉਹਨੂੰ 10ਵੇਂ ਕੀਤੇਆਂ 5 ਸਾਲ ਹੋ ਗਏ ਸੀ ਕਈਆਂ ਨੂੰ ਕਿਹਾ ਕੋਈ ਚੱਜਦਾ ਮਿਲੇ ਤਾਂ ਸਹੀ ਧੀ ਭੈਣ ਨੂੰ ਘਰੋਂ ੱੱਕਾ ਥੋੜਾ ਦੇ ਦੇਣਾ ਹੁੰਦਾ ਹੁਣ ਮੈਂ ਮਾਂ ਵਾਂਗ ਸੋਚਣ ਲੱਗ ਪਿਆ ਸੀ ਤੇ ਫਿਰ ਜਿਵੇਂ ਹੋਣਾ ਹੀ ਹੁੰਦਾ ਜੱਸੀ ਲਈ ਵੀ ਮੁੰਡਾ ਲੱਭ ਪਿਆ ਜੀਜਾ ਜੀ ਦੀ ਵੱਡੀ ਭੈਣ ਨੇ ਨਾਤਾ ਕਰਾਤਾ ਮੁੰਡੇ ਵਾਲੇ ਉਹਨਾਂ ਦੇ ਪੁਰਾਣੇ ਜਾਣ ਪਛਾਣ ਸੀ ਉਹ ਆਪ ਵਿਚੋਲਗੀ ਕਰਨ ਤੋਂ ਟਲਦੀ ਸੀ ਕਹਿੰਦੀ ਵਿਚੋਲਿਆਂ ਦੇ ਬਾਅਦ ਚ ਛੇਤਰ ਪੈਂਦੇ ਆ ਪਰ ਜੀਜਾ ਜੀ ਨੇ ਆਪਣੀ ਭੈਣ ਤੇ ਜ਼ੋਰ ਪਾ ਦਿੱਤਾ ਸੀ ਤੇ ਆਖਰ ਚ ਤਾਂ ਹੱਸਦਿਆਂ ਹੋਇਆਂ ਦਬਕਾ ਜਿਹਾ ਵੀ ਮਾਰਦਾ ਸੀ ਆਪਣੀ ਕੁੜੀ ਦਾ ਰਿਸ਼ਤਾ ਤੂੰ ਆਪੇ ਕਰ ਲੂੰਗੀ ਤੂੰ ਹੋ ਮੁਰੇ ਬਣ ਵਿਚੋਲਣ ਮੁੰਡੀ ਪੁੱਤੈ ਨੂੰ ਟੋਲੇ ਦੀ ਪੂਰੇ ਟੋਲੇ ਦੀ ਇੱਕ ਤੈਨੂੰ ਇੱਕ ਤੇਰੇ ਘਰ ਵਾਲੇ ਨੂੰ ਮੁੰਡੇ ਦਾ ਪਿਓ ਮਤਲਬ ਮਾਸੜ ਜੀ ਜੰਗਲਾਤ ਮਹਿਕਮੇ ਚ ਅਫਸਰ ਰਿਟਾਇਰ ਹੋਏ ਸੀ ਇਧਰ ਤਾਂ ਉਹ ਦੋਹੇ ਜੀ ਸੀ ਬਾਕੀ ਸਾਰਾ ਟੱਬਰ ਬਾਹਰ ਸੀ ਜਰਮਨੀ ਚ ਦੋਵੇਂ ਕੁੜੀਆਂ ਜਵਾਈ ਮੁੰਡੇ ਤੇ ਵੱਡੀ ਨੂੰ ਜ਼ਮੀਨਕਾਰ ਕੋਠੀ ਉਹਨਾਂ ਦੀ ਤਾਂ ਪੈਨਸ਼ਨ ਹੀ ਨਹੀਂ ਸੀ ਮੁੱਕਦੀ ਮੁੰਡਾ ਚਾਰਾਂ ਚੌਤੀ ਸਰੇ ਥਾਂ ਤੇ ਸੀ ਉਮਰ ਥੋੜੀ ਵੱਧ ਸੀ ਸਾਰੀਆਂ ਚੀਜ਼ਾਂ ਤਾਂ ਇੱਕ ਥਾਂ ਮਿਲਦੀਆਂ ਨਹੀਂ ਕਿਸੇ ਨੂੰ ਉਹਨਾਂ ਨੂੰ ਤਾਂ ਸੋਹਣੀ ਸੁਨੱਖੀ ਲੰਬੀ ਲੰਝੀ ਕੁੜੀ ਦੀ ਲੋੜ ਸੀ ਤੇ ਇੱਧਰ ਦੋ ਮਹੀਨੇ ਦੀ ਛੁੱਟੀ ਆ ਕੇ ਉਹਨਾਂ ਨੇ ਮਹੀਨਾ ਤਾਂ ਮੈਟ੍ਰੀਮੋਨੀਅਲ ਦਿੰਦੇ ਪੜ੍ਹਦੇ ਕੁੜੀਆਂ ਦੇਖਦੇ ਲੰਘਾਤਾ ਸੀ ਕਾਰਾਂ ਚ ਦੌੜੇ ਫਿਰੀ ਜਾਂਦੇ ਮੇਰੀ ਭੈਣ ਨੂੰ ਦੇਖਦੇ ਸਾਰੀ ਉਹਨਾਂ ਨੇ ਹਾਂ ਕਰ ਦਿੱਤੀ ਸ਼ਰਤ ਇੱਕ ਲਾਈ ਵੀ ਅਸੀਂ ਵਿਆਹ ਫਰਵਰੀ ਚ ਹੀ ਕਰ ਦਈਏ ਕਿਉਂਕਿ ਮਾਰਚ ਦੇ ਪਹਿਲੇ ਹਫ਼ਤੇ ਉਹਨਾਂ ਦੀ ਵਾਪਸੀ ਫਲਾਈਟ ਸੀ ਬਸ ਫੇਰ ਕੀ ਸੀ ਹਾਂ ਹੋਈ ਤੀਜੇ ਦਿਨ ਵਿੱਚ ਉਹ ਲੈ ਆ ਗਏ ਦੇਖ ਮਾਸੀ ਮੁੰਡੇ ਵਾਲਿਆਂ ਨੇ ਕੁਝ ਨਹੀਂ ਲੈਣਾ ਨਾ ਦਾਜ ਨਾ ਵਰੀ ਉਹਨਾਂ ਦਾ ਘਰ ਤਾਂ ਪਹਿਲਾਂ ਹੀ ਦੇਖ ਲੈ ਭਰਿਆ ਪਿਆ ਟੱਬਰ ਸਾਰਾ ਬਾਹਰ ਹੀ ਐ ਇਹਨੇ ਵੀ ਬਾਹਰ ਹੀ ਚਲੇ ਜਾਣਾ بس ਤੁਸੀਂ پاسپورٹ ਬਣਾ ਦਿਓ ਵਿਆਹ ਕਰਨਾ ਵਧੀਆ ਜੇ ਮੈਰਿਜ ਪੈਲਸ ਤੇ ਐ ਨਹੀਂ ਵੀ ਫਿਲਮ ਫੁਲਮ ਬਣਾਉਣੀ ਐ ਬਾਹਰ ਜਾ ਕੇ ਦੇਖੂਗੇ ਬਾਕੀ ਬਰਾਦੀ ਸੇਵਾ ਫੁੱਲ ਹੈ ਨਾ ਬਈ 200 ਬੰਦੇ ਦੀ ਸੇਵਾ ਫੁੱਲ ਅਫਸਰ ਰਟਾਇਰ ਆ ਆਖਰੀ ਵਿਆਹ ਹੈ 200 ਤੋਂ 20 ਭਮਾ ਵੱਧ ਹੋ ਜਾਣ ਜਿਹੜੇ ਤੁਹਾਡੇ ਕਿੰਨੀ ਤੇ ਆਉਣੇ ਐ ਉਹ ਵੱਖਰੇ ਮੈਂ ਕਿਹਾ ਜਿੰਨੀ ਮਰਜ਼ੀ ਬਰਾਤ ਆਉਂਦੀ ਆ ਜਾਈ ਇੱਥੇ ਕੋਈ ਘਟਾ ਜਿਸ ਦਿਨ ਦਾ ਮੈਰਿਜ ਪੈਲੇਸ ਖਾਲੀ ਮਿਲਿਆ ਉਸੇ ਦਿਨ ਦਾ ਵਿਆਹ ਧਰਤਾ ਮੀਨੂ ਮੁੰਡੇ ਦੇ ਬਾਪ ਨਾਲ ਮੋਬਾਈਲ ਤੇ ਸਲਾਹ ਕਰਕੇ ਬਣਾਇਆ ਮੁਰਗਾ ਬੱਕਰਾ ਮੱਛੀ ਵਿਸਕੀ ਨੱਚਣ ਵਾਲੀਆਂ ਤੇ ਹੋਰ ਅਲਮਗਲਮ ਮੈਰਿਜ ਪੈਲੇਸ ਐਨ ਚਮਕਿਆ ਪਿਆ ਸੀ ਜਿਵੇਂ ਫੁੱਲ ਚੜੀਆਂ ਚੱਲ ਰਹੀਆਂ ਹੋਣ ਬਰਾਤ ਆਈ 42 ਗੱਡੀਆਂ ਦਾ ਕਾਫਲਾ ਸੀ ਇੱਕ ਵੱਡੀ ਗੱਡੀ 'ਚ ਤਾਂ ਫੌਜੀ ਬੈਂਡ ਵਾਲੇ ਹੀ ਸੀ ਇੱਕ ਤੋਂ ਇੱਕ ਟਿਊਨਾ ਮਿਲਣੀ ਤੇ 15 ਮੁੰਡੀਆਂ ਕੰਬਲਾਂ ਤੇ ਰੱਖ ਕੇ ਦੋ ਮੂਵੀ ਬਣਾਉਣ ਵਾਲੇ ਦੋ ਫੋਟੋਆਂ ਖਿੱਚਣ ਵਾਲੇ ਮਿੱਤਰਾਂ ਦੇ ਚਾਦਰੇ ਤੇ ਪਾਵੇ ਮੋਰਨੀ ਬਰਾਤੀ ਮੁੰਡੇ ਪੀ ਪੀ ਨੱਚੀ ਗਏ ਤਸਲਿਆਂ ਤੇ ਤਸਲੇ ਮਠਿਆਈ ਮੀਟ ਪਨੀਰ ਸਬਜ਼ੀਆਂ ਉੱਚੀ ਥਾਂ ਉੱਤੇ ਖੁੰਜੇ ਚ ਪੁਰਾਣੇ ਨਾਲ ਬੈਠੀ ਮੇਰੀ ਭੈਣ ਪ੍ਰੀਆਂ ਵਰਗੀ ਲੱਗਦੀ ਸੀ ਜੱਟਾਂ ਵਰਗਾ ਵਿਆਹ ਕਰਤਾ ਮੇਰਾ ਫੌਜੀ ਮਾਮਾ ਪੀ ਕੇ ਭੁੜਕ ਪਿਆ ਸੀ ਐਨ ਧੁੰਮ ਧਾਮ ਨਾਲ ਵਿਆਹ ਹੋ ਗਿਆ ਕੋਈ ਚੀਜ਼ ਘਟੀ ਨਹੀਂ ਕੋਈ ਗੜਬੜ ਨਹੀਂ ਹੋਈ ਮੇਰੇ ਸਿਰ ਥੋੜੇ ਪੈਸੇ ਚੜ ਗਏ ਸੀ ਆਪੇ ਉਤਰ ਜਾਣੇ ਐ ਇੱਥੇ ਕਿਹੜਾ ਰੋਜ਼-ਰੋਜ਼ ਵਿਆਹ ਕਰਨੇ ਐ ਮੈਂ ਥੱਕ ਗਿਆ ਗੋਡੇ ਆਕੜ ਗਏ ਮੇਰੀ ਭੂਆ ਦੇ ਪੁੱਤ ਤੇ ਉਹਦੀ ਘਰ ਵਾਲੀ ਨੂੰ ਗੱਡੀ ਨਾਲ ਭੇਜਿਆ ਧੀਆਂ ਤੋੜਨੀਆਂ ਕਿਹੜਾ ਸੌਖੀਆਂ ਜਦੋਂ ਕਾਰਾਂ ਜੀਪਾਂ ਦਾ ਕਾਫਲਾ ਕੁੜੀ ਲੈ ਕੇ ਮੁੜ ਗਿਆ ਤਾਂ ਮੇਰਾ ਅੰਦਰ ਖਾਲੀ-ਖਾਲੀ ਹੋ ਗਿਆ ਦੂਜੇ ਦਿਨ ਸਵੇਰੇ-ਸਵੇਰੇ ਮਾਂ ਨੇ ਮੈਨੂੰ ਜਫਰੀ ਪਾ ਕੇ ਅੱਖਾਂ ਭਰ ਲੀਆਂ ਪੁੱਤ ਅੱਜ ਅਸੀਂ ਜਿਉਂਦਿਆਂ ਚ ਹੋ ਗਈ ਸੁਰਖਰੂ ਬੀਬੀ ਤੂੰ ਤਿਆਰੀ ਕਰ ਮੁਰਦੀ ਗੱਡੀ 12 ਵਜੇ ਆ ਜਾਣੀ ਹੈ ਮੈਨੂੰ ਘਰ ਮੁੜ ਤੋਂ ਭਰਿਆ ਭਰਿਆ ਲੱਗਣ ਲੱਗ ਪਿਆ ਘਰ ਟੈਂਟ ਲੱਗ ਗਏ ਹਲਵਾਈ ਦੇ ਤੇ ਪਕਾਵੇ ਆ ਗਏ 60 ਦੇ ਕਰੀਬ ਬੰਦੇ ਇਕੱਠੇ ਹੋ ਗਏ ਤੂੰ ਵੀ ਦੇਖ ਲੈ ਪੁੱਤ ਮੈਂ ਆਪਣੀ ਭੈਣ ਨੂੰ ਮੁੰਡੇ ਵਾਲਿਆਂ ਦੇ ਬਰਾਬਰ ਦਾ ਸੈੱਟ ਪਾਤਾ ਸੀ ਬਰਫੀਆਂ ਠੰਡੇ ਕੌਫੀ ਖਾਓ ਪੀਓ ਹੋਈ ਹੌਲੀ ਹੌਲੀ ਬਹੁਤੇ ਦੋਸਤ ਮਿੱਤਰ ਰਿਸ਼ਤੇਦਾਰ ਚੰਗਾ ਫਿਰ ਕੇ ਕਿ ਕੁੜੀ ਵੀ ਵਿਵਦਾ ਹੋ ਗਈ ਸਕਿਆਂ ਵਿੱਚੋਂ ਮੇਰੀ ਵੱਡੀ ਭੈਣ ਭਣੋਇਆ ਤੇ ਉਹਨਾਂ ਦੇ ਬੱਚੇ ਹੀ ਰਹਿ ਗਏ ਕੱਲ ਨਾਲੋਂ ਅੱਜ ਮੇਰਾ ਚਿੱਤ ਕੁਝ ਠੀਕ ਸੀ ਥਕਾਵਟ ਉਤਰ ਰਹੀ ਸੀ ਵਿਆਹ ਤੇ ਇਕੱਠਾ ਕੀਤਾ ਸਮਾਨ ਵੀ ਵਿਦਾ ਹੋ ਰਿਹਾ ਸੀ ਮੈਂ ਖੁਸ਼ ਸਾਂ ਹੌਸਲੇ 'ਚ ਸਮੀ ਸੰਝ ਮੈਂ ਬਾਣ ਦੇ ਮੰਜੇ ਤੇ ਵਿਹੜੇ 'ਚ ਲਟਿਆ ਸੁਸਤਾਰਿਆ ਸੀ ਪੰਜ ਸੱਤ ਬੱਚੇ ਇੱਕ ਦੂਜੇ ਮਗਰੋਂ ਹੀ ਰੌਲਾ ਪਾਉਂਦੇ ਦੌੜੇ ਫਿਰ ਰਹੇ ਸੀ ਓਏ ਟਿੱਕੇ ਨਹੀਂ ਬੈਠ ਹੁੰਦਾ ਮੈਂ ਸਿਆਣਿਆਂ ਵਾਂਗ ਹਾਕ ਮਾਰਦੀ ਐਨੇ ਨੂੰ ਮੇਰੀ ਵੱਡੀ ਭੈਣ ਖੁਸ਼ੀ ਤੇ ਉਦਾਸੀ 'ਚ ਲਟਕੀ ਹੋਈ ਪਲਾਸਟਿਕ ਦੇ ਕੱਪ 'ਚ ਚਾਹ ਪੀਂਦੀ ਕੁਰਸੀ ਖੜੀ ਸੀ ਕਿ ਮੇਰੇ ਕੋਲ ਬੈਠ ਗਈ। ਚਾਹ ਖਤਮ ਕਰਕੇ ਉਹਨੇ ਕੱਪ ਥੱਲੇ ਰੱਖਤਾ। ਦੇਖ ਲੈ ਭੈਣ ਜੱਸੀ ਨੂੰ ਤੇਰੇ ਨਾਲੋਂ ਵੀ ਵੱਡਾ ਘਰ ਮਿਲ ਗਿਆ। ਚਾਹ ਦਾ ਆਖਰੀ ਘੁੱਟ ਜੇ ਭੈਣ ਦੇ ਮੂੰਹ 'ਚ ਹੀ ਸੀ। ਅਸੀਂ ਦੋਵੇਂ ਮੁਸਕਰਾ ਪਏ। ਧੰਨਵਾਦ।